ਕਰ ਮਾਰਨੀ ਅੱਜ ਆਪਾਂ ਔਂਕੜ ਤੇ ਲੈਕੜ ਵਾਲੇ ਸ਼ਬਦ ਕਰਾਂਗੇ ਆਪਾਂ ਕੰਨੇ ਵਾਲੇ ਤੇ ਸਿਹਾਰੀ ਭਾਰੀ ਵਾਲੇ ਸ਼ਬਦ ਕਰ ਚੁੱਕੇ ਹਾਂ ਅੱਜ ਇਹਨਾਂ ਦੀ ਰਿਵੀਜ਼ਨ ਕਰਾਂਗੇ ਦੁਹਰਾਈ ਕਰਾਂਗੇ ਪੰਜਾਬੀ 'ਚ ਦੁਹਰਾਈ ਕਹਿੰਦੇ ਨੇ ਔਂਕੜ ਵਾਲੇ ਸ਼ਬਦ ਬੇਟਾ ਊ ਦੀ ਆਵਾਜ਼ ਦਿੰਦੇ ਨੇ ਊ ਪੱਪੇ ਔਂਕੜ ਲੱਲਾ ਪੁੱਲ ਊ ਦੀ ਆਵਾਜ਼ ਆਈ ਹੈ ਨਾ ਅਤੇ ਹਿੰਦੀ 'ਚ ਊ ਦੀ ਮਾਤਰਾ ਜਿਸ ਤਰ੍ਹਾਂ ਪੰਜਾਬੀ 'ਚ ਇਸ ਤਰ੍ਹਾਂ ਹੁੰਦੀ ਹੈ ਇਹ ਔਂਕੜ ਦੀ ਮਾਤਰਾ ਹਿੰਦੀ 'ਚ ਇਹ ਹੁੰਦੀ ਹੈ ਇਹ ਔਂਕੜ ਦੀ ਮਾਤਰਾ ਪੰਜਾਬੀ 'ਚ ਦਰੈਂਕੜ ਦੀ ਮਾਤਰਾ ਇਹ ਹੁੰਦੀ ਆ ਹਿੰਦੀ 'ਚ ਆਹ ਵਾਲੀ ਹੁੰਦੀ ਹੈ ਬੜੇ ਊ ਦੀ ਮਾਤਰਾ ਛੋਟਾ ਊ ਬੜਾ ਊ ਊ ਮਤਲਬ ਆਵਾਜ਼ ਉਹੀ ਦਿੰਦੇ ਨੇ ਸੇਮ ਲੈਂਗੁਏਜ ਦਾ ਫਰਕ ਹੋਣ ਕਰਕੇ ਥੋੜ੍ਹਾ ਸਾਈਨ ਚੇਂਜ ਨੇ ਔਂਕੜ ਦੀ ਮਾਤਰਾ ਜਿਵੇਂ ਪੁੱਲ ਸੋਣ ਗੁੜ ਹੋਣ ਇਹ ਵਾਲੇ ਸ਼ਬਦ ਹੁੰਦੇ ਨੇ ਔਂਕੜ ਵਾਲੇ ਅਤੇ ਦਰੈਂਕੜ ਵਾਲੇ ਹੁੰਦੇ ਨੇ ਜਿਵੇਂ ਚੂਹਾ ਬੂਟ ਸੂਟ ਘੂਰਨਾ ਘੂਰ ਇਸ ਤਰ੍ਹਾਂ ਦੇ ਸ਼ਬਦ ਕੀ ਹੁੰਦੇ ਨੇ ਲੈਂਕੜ ਵਾਲੇ ਪਹਿਲਾਂ ਆਪਾਂ ਔਂਕੜ ਵਾਲੇ ਸ਼ਬਦ ਲਿਖਾਂਗੇ ਪੱਪੇ ਔਂਕੜ ਲੱਲਾ ਪੱਪੇ ਔਂਕੜ ਪੋ ਲੱਲਾ ਕੀ ਬਣਿਆ ਪੁੱਲ ਨੰਬਰ ਟੂ 'ਤੇ ਸੱਸੇ ਔਂਕੜ ਸੋ ਨਾਣਾ ਸੋਣ ਆਹੇ ਔਂਕੜ ਨਾਣਾ ਬੇਟਾ ਤੁਸੀਂ ਆਪਣੇ ਕੋਲੋਂ ਵੀ ਬਣਾ ਕੇ ਲਿਖ ਸਕਦੇ ਪਰ ਉਹਨਾਂ ਦਾ ਕੋਈ ਅਰਥ ਨਿਕਲਦਾ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਜਿਹੜੇ ਮੈਂ ਲਿਖਾਏ ਨੇ ਤੁਸੀਂ ਇਹੀ ਲਿਖਣੇ ਨੇ ਤੁਸੀਂ ਬੁੱਕ ਦੇ ਵਿੱਚੋਂ ਵੀ ਯਾਦ ਕਰਕੇ ਲਿਖ ਸਕਦੇ ਹੋ ਆਪਣੇ ਜੇ ਤੁਹਾਡੇ ਪੇਰੈਂਟਸ ਕੋਈ ਅਲੱਗ ਯਾਦ ਕਰਾਉਂਦੇ ਨੇ ਉਹ ਵੀ ਲਿਖ ਸਕਦੇ ਪਰ ਉਹਨਾਂ ਦਾ ਕੋਈ ਅਰਥ ਨਿਕਲਦਾ ਉਹ ਮਤਲਬ ਉਹ ਗਲਤ ਨਾ ਹੋਣ ਜਿਵੇਂ ਪੁੱਲ ਦਾ ਅਰਥ ਆ ਪੁੱਲ ਹੁੰਦਾ ਵਾ ਨਹਿਰ ਦੇ ਉੱਪਰ ਪੁੱਲ ਬਣਾਏ ਜਾਂਦੇ ਨੇ ਉਹ ਪੁੱਲ ਹੁੰਦਾ ਸੁਣ ਹੁੰਦਾ ਸੁਣਨਾ ਹੁਣ ਹੁੰਦਾ ਆਪਾਂ ਕਹਿੰਦੇ ਹੁਣ ਮੈਂ ਆਹ ਕੰਮ ਕਰਾਂਗਾ ਅੱਗੇ ਆ ਗਿਆ ਗੱਗੇ ਔਂਕੜ ਵਾਲਾ ਗੁੜ ਇਹ ਹੋ ਗਏ ਤਿੰਨ ਅੱਖਰੀ ਸ਼ਬਦ ਨਾ ਸੋਰੀ ਦੋ ਅੱਖਰੀ ਸ਼ਬਦ ਔਂਕੜ ਵਾਲੇ ਅਤੇ ਹੁਣ ਆਪਾਂ ਤਿੰਨ ਅੱਖਰੀ ਵੀ ਲਿਖ ਸਕਦੇ ਹਾਂ ਜਿਵੇਂ ਗੱਗੇ ਔਂਕੜ ਬੱਬੇ ਕੰਨਾ ਬਾ ਰਾਰੇ ਕੰਨਾ ਰਾ ਗੁਬਾਰਾ ਸਿਕਸ 'ਤੇ ਆ ਗਿਆ ਗੱਗੇ ਔਂਕੜ ਰਾਰਾ ਸੱਸੇ ਵਿਆਹੀ ਸੀ ਕੁਰਸੀ ਸੈਵਨ 'ਤੇ ਆਪਾਂ ਚਾਰ ਅੱਖਰੀ ਸ਼ਬਦ ਵੀ ਬੇਟਾ ਲਿਖ ਸਕਦੇ ਹਾਂ ਚਾਰ ਅੱਖਰੀ ਸ਼ਬਦ ਜਿਵੇਂ ਨੁਕਸਾਨ ਨੰਨੇ ਔਂਕੜ ਨੂੰ ਕੱਕਾ ਨੁਕ ਸਾਨ ਸੱਸੇ ਕੰਨਾ ਸਾਨ ਨਾ ਨੁਕਸਾਨ ਜਿਵੇਂ ਕਿਸੇ ਚੀਜ਼ ਦਾ ਆਪਾਂ ਨੂੰ ਘਾਟਾ ਪੈ ਜਾਵੇ ਤਾਂ ਆਪਾਂ ਕਹਿੰਦੇ ਨੁਕਸਾਨ ਹੋ ਗਿਆ ਅੱਗੇ ਲਿਖ ਸਕਦੇ ਹਾਂ ਬੱਬੇ ਔਂਕੜ ਬੁੱਲ ਬੱਬੇ ਔਂਕੜ ਲੱਲਾ ਬੁੱਲ ਬੱਬੇ ਔਂਕੜ ਲੱਲਾ ਬੁੱਲ 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 ਇੱਕ ਪੰਛੀ ਹੁੰਦਾ ਬੇਟਾ ਤੁਸੀਂ ਸੁਣਿਆ ਹੋਵੇ ਬੁੱਲ ਬੁੱਲ ਇੱਕ ਪੰਛੀ ਹੁੰਦਾ ਵਾ ਅੱਗੇ ਆ ਕੇ ਬੇਟਾ ਦਲੈਂਕੜ ਵਾਲੇ ਸ਼ਬਦ ਨੰਬਰਿੰਗ ਇੱਧਰ ਪਾਈ ਗਈ ਆ ਦੁਬਾਰਾ ਪਾਉਣੀ ਆਪਾਂ ਦੁਬਾਰਾ ਪਾ ਲੈਂਦੇ ਹਾਂ ਇੱਕ ਪੇਜ 'ਤੇ ਕਰ ਲੈਣਾ ਬੇਟਾ ਤੁਸੀਂ ਇਹ ਨਾ ਦੁਹਰਾਈ ਤਾਂ ਜੋ ਤੁਸੀਂ ਤੁਹਾਡੇ ਪੇਜ ਵੀ ਵੇਸਟ ਨਾ ਹੋ ਕਾਪੀ ਵੇਸਟ ਨਾ ਹੋਵੇ ਇੱਕ ਪੇਜ 'ਤੇ ਤੁਸੀਂ ਇਹ ਕਰ ਲਿਓ 3 ਨੰਬਰ ਕਾਪੀ 'ਤੇ ਕਰ ਲਿਓ ਚਾਹੇ ਦਲੈਂਕੜ ਵਾਲੇ ਸ਼ਬਦ ਤੁਹਾਨੂੰ ਮੈਂ ਦੱਸਿਆ ਜਿਵੇਂ ਸੂਟ ਬੂਟ ਸੱਸੇ ਦਲੈਂਕੜ ਸੂ ਸੂ ਦੀ ਆਵਾਜ਼ ਆਈ ਊ ਬੜੇ ਉਹਦੀ ਆਵਾਜ਼ ਆ ਗਈ ਨਾ ਇਹ ਸੂ ਟੈਂਕਾ ਸੂਟ ਬੱਬੇ ਦਲੈਂਕੜੇ ਬੂ ਟੈਂਕਾ ਬੂਟ ਚੱਚੇ ਦਲੈਂਕੜ ਚੂ ਹਾਏ ਕੰਨਾ ਹਾ ਕੀ ਬਣ ਗਿਆ ਚੂਹਾ ਅੱਗੇ ਜਿਵੇਂ ਤਿੰਨ ਅੱਖਰੀ ਸ਼ਬਦ ਆਪਾਂ ਲਿਖ ਸਕਦੇ ਹਾਂ ਕੱਕਾ ਸੱਸੇ ਦਲੈਂਕੜ ਸੂਰ ਆਰਾ ਕਸੂਰ ਤੁਸੀਂ ਕੱਕਾ ਕੱਟ ਕੇ ਸੱਸੇ ਦਲੈਂਕੜ ਸੂਰ ਆਰਾ ਇਕੱਲਾ ਸੂਰ ਵੀ ਲਿਖ ਸਕਦੇ ਹੋ ਕਸੂਰ ਜਿਵੇਂ ਗਲਤੀ ਤੁਸੀਂ ਜੇ ਲੜਦੇ ਹੋ ਆਪਸੇ ਤੁਸੀਂ ਕਹਿੰਦੇ ਮੇਰਾ ਕੀ ਕਸੂਰ ਆ ਇਹ ਉਹ ਕਸੂਰ ਹੋ ਗਿਆ ਅੱਗੇ ਸੂਰਜ ਲਿਖ ਸਕਦੇ ਹਾਂ ਸੱਸੇ ਦਲੈਂਕੜ ਸੂ ਰਾਰਾ ਜੱਜਾ ਸੂਰਜ ਸੂਰਜ ਦਾ ਤੁਹਾਨੂੰ ਪਤਾ ਹੀ ਬੇਟਾ ਜਿਹੜਾ ਸਵੇਰੇ ਚੜ੍ਹਦਾ ਆਪਣਾ ਉਹਦੇ ਨਾਲ ਦਿਨ ਚੜ੍ਹਦਾ ਵਾ ਚਾਨਣ ਹੁੰਦਾ ਸੂਰਜ ਚੜ੍ਹਨ ਦੇ ਨਾਲ ਸਾਨ ਕਹਿੰਦੇ ਇੰਗਲਿਸ਼ ਵਿੱਚ ਇਹਨੂੰ ਅੱਗੇ ਸਕੂਲ ਵੀ ਲਿਖ ਸਕਦੇ ਤੁਸੀਂ ਤਿੰਨ ਅੱਖਰੀ ਸ਼ਬਦ ਸੱਸਾ ਕੱਕੇ ਦੇ ਰੱਕੜ ਕੂ ਲੱਲਾ ਸਕੂਲ ਚਾਰ ਅੱਖਰੀ ਸ਼ਬਦਾਂ 'ਚ ਆਪਾਂ ਲਿਖ ਸਕਦੇ ਹਾਂ ਜਿਵੇਂ ਮੰਮਾ ਜੱਜਾ ਦੱਦੇ ਦੇ ਰੱਕੜ ਦੂਰ ਆ ਮਜ਼ਦੂਰ
मम्मा जज्जा बफेद ने कड़बूरा मजबूर इसे काम मतलब काम कर जीना करना लेकिन काम करने के लिए मजबूर होना। हाँ जी बेटा ये औंकड़ वाले तो दरेकड़ वाले शब्द ये तुम एक कापी एक पेज से मतलब एको पेज से कर लेने इस तरह एक पास चाहे नंबरिंग लिख लो दूजे पास चाहे ना लिखो क्योंकि कापी से पेज छोटा होंगे थोड़ा जहा खराब लगता बस एक पास नंबरिंग लिख के तुम पहला औंकड़ वाले तो फिर दरेकड़ वाले शब्द जिम्मे मैं बोल बोल के कह रही इस तरह ही लिखने। हाँ जी हम आप लाते दुलाव वाले शब्द लिखा पुत ला पंजाब हिंदी के जिमें ला इस तरह ही होंगी है इनू ए की मात्रा कह दें हिंदी पर कुंडी लगा के इस तरह लिखना होंगे ए की मात्रा ठीक है ए की मात्रा इसको बोलते हैं जैसे इसको ऐसे कुंडी बना के लिखना होता है जहाँ कुंडियाँ होती हैं हिंदी में जहाँ कुंडी बना के लिखा जाता है लेकिन पंजाबी में हमने जहाँ कुंडी नहीं बनानी बिना कुंडी के जो लाम हमने लगानी है जैसे मैंने सभी और लगाई है देखो आप ध्यान से ला और दुलाम बिना कुंडी के लगानी है हिंदी में कुंडी के साथ लगानी है ऐसे और इसकी आवाज़ भी ऐसी आएगी ए ऐ वही आवाज़ है ए के वही आवाज़ आ रही है ना आपको जो लाम है वो ए की आवाज़ दे रही है और जो दुलाम है वो ए की आवाज़ दे रही है। ला तो दुलाम वाले शब्द देखांगे जिवें केला मेला रेल खेल केला मम्मी नाम मेल लल्ले कन्ना ला मेला उन्हें मेला लंघ के गया ना रायकोट का छपार का वो मेला बेटा है केला खाने वाला बनाना कहने कहने जिन्होंने इंग्लिश नंबर थ्री ते आ गया फरारे लामा रेल लल्ला रेल नकली शब्द आप लिख सकते हैं बेटा जिम्मे पप्पे लामा पे पप्पा रारा पेपर पेपर इंग्लिश का शब्द है लेकिन पंजाबी भी पेपर ऐसे एवं लिखते हैं ना पप्पे लामा पे पप्पा रारा पेपर जो हमने तो एक अक्तूबर तो हो जा रहे हैं उन्होंने कहते हैं पेपर जिम्मे ऐसे लाने तो पेपर हो जा रहे हैं पेपर प्लेट जिद आप रोटी रख के खाने बेटा प्लेट पप्पा लला मलेट है का प्लेट आ गया ससा पप्पे लामा पेरा एक नारा सपेरा जेड़ा बांसुरी बीन जी बजा के सप्प नू फड़दा ते तारी च पाउंदा उस रूटी कहिंदे ने सपेरा। अगे बेटा चार अखरी शब्दां च वी असीं लिख सकदे हां जिवें चचे कन्ना चा कक्का चाक लल्ले लाम लेट हैगा लेट चाकलेट चाकलेट जो चॉकलेट खाने उस कहते चाकलेट। अगे आ गया बेटा जिम्मे आप लिखना थानेदार हथे कला थाने लावाने थाने दधे कला दार आ रहा दार थानेदार मात्रा बेटा तुम ध्यान ना देख के लगानी है हथे कला थाने लावाने थाने नाने के उपर जे लगी हुई है थाने आ लले दे इत्थे लगी हुई है ये तुसी ध्यान ना देख के मात्रा लगानी बेटा कित्थे लगदी है मात्रा ध्यान ना देखो उस तरह तुसी लगानी है। अगे आ गए बेटा दुरावां वाले शब्द दुरावां वाले शब्द केड़े हुंदे ने जिवें पैर बैठ सैर खैर वैर ऐनक बैग सैनक ये सारे की ने दुरावां वाले शब्द। हुण आपां दुरावां वाले शब्द लिखांगे दूसरे पेज ते तुसी लाम ते दुरावां वाले शब्द लिख लैणे आ इस तरह नंबरिंग जी रेड लाइन लगी होंगे ने टवर डबर उन्होंने इधर पास लिख लैनी है तुम्हें बिच नहीं फिर दोबारा लिखनी जिमें पैर पप्पे दलावा पैर आ रहा पैर ससे दलावा सैर आ रहा सैर। अगे आ गया बेटा जिमें आड़े दलावा ऐ नन्ना कक्का ऐनक। अगे आ गया कके दलावा कै मम्मा रारे कन्ना रा कैमरा। पप्पे दलावा बैठा कक्का बैठक बैठक कमरे नूं कहिंदे ने
अगे पहले समय में जिते गैसट वगैरह बैठते बैठ कह देंगे बेटा। अगे असी लिख सकते हैं चार खरी शब्द भी असी लिख सकते हैं लावा वाले, जिमें ससा वावे दलावा वै टै घर आ रहा स्वैटर। अगे विंटर सीजन आऊगा सर्दी का मौसम आऊ तो असं स्वैटर पहनते हैं ना, स्वैटर आ गया। अगे तुम लिखते हो सैक्शन, थोड़ा सैक्शन जिमें बी आ ससे दलावा सै कक्का ससे पैर बिंदी नन्ना सैक्शन, सैक्शन आ गया बेटा। अगे आ गया अप्रैल, अप्रैल महीना आता बेटा हाड़ा पप्पा रर दलावा रै लला अप्रैल, पापा जनवरी फरवरी मार्च अप्रैल साल च 12 महीने होंगे ने, जनवरी फरवरी मार्च अप्रैल, अप्रैल चौथा महीना साल का साल के महीनों का। एट ए हो गए बेटा, तुम ये दोनों मतलब लाइना जिमें राम वाले शब्द के दराम वाले शब्द दूसरे पेज पर कर लेने, औंकड़ लैंकड़ वाले शब्द एक पेज से दूसरे पेज से बोल बोल के सारे दोहराई कर लेने। धन्यवाद।